ਸਭ ਤੋਂ ਪਹਿਲਾਂ ਮੈਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਕਿਸਾਨੀ ਮੋਰਚੇ ਜਿੱਤ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਮੈਂ ਇੰਦਰਜੀਤ ਕੌਰ ਪਿੰਡ ਸਰੀ ਤੁਹਾਡੇ ਸਾਰਿਆਂ ਦਾ ਆਪਣੇ ਪਹਿਲੇ ਬਲੌਗ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਜਿਵੇਂ ਸਿਆਣੇ ਕਹਿੰਦੇ ਨੇ ਕਿ ਕੰਮ ਬੰਦੇ ਦੇ ਕਰਮ ਹੁੰਦੇ ਨੇ, ਸੋ ਜਿੱਦਾਂ ਇੱਕ ਸਟੂਡੈਂਟ ਕੈਨੇਡਾ ਵਿੱਚ ਪੈਰ ਰੱਖਦਾ ਆ ਉਹ ਬਹੁਤ ਖੁਸ਼ ਹੁੰਦਾ ਕਿ ਉਹ ਇੰਡੀਪੈਂਡੈਂਟ ਹੋ ਜਾ ਰਿਹਾ, ਪਰ ਇੱਥੇ ਹੀ ਸਾਡੇ ਮੁਸ਼ਕਿਲਾਂ ਦਾ ਸਫ਼ਰ ਸ਼ੁਰੂ ਹੁੰਦਾ ਆ। ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਥੇ ਜਾਣਾ ਆ ਕੰਮ ਲੱਭਣ ਦੇ ਲਈ ਅਤੇ ਕਿਹੜਾ ਕੰਮ ਸਾਡੇ ਲਈ ਬੈਸਟ ਰਹੇਗਾ। ਸੋ ਅੱਜ ਦਾ ਸਾਡਾ ਪਹਿਲਾ ਬਲੌਗ ਸਿਕਿਉਰਿਟੀ ਦੇ ਕੰਮ ਦੇ ਉੱਤੇ ਬਣਾਉਣ ਜਾ ਰਹੇ ਹਾਂ ਅਸੀਂ, ਕਿਉਂਕਿ ਇਹ ਕੰਮ ਜਿਹੜਾ ਆ ਉਹ ਬੈਸਟ ਅਤੇ ਸੌਖਾ ਕੰਮ ਹੈ ਇੱਕ ਸਟੂਡੈਂਟ ਦੇ ਲਈ। ਜੇ ਕੋਈ ਨਵਾਂ ਆ ਰਿਹਾ ਜਾਂ ਜਿਹੜਾ ਕੋਈ ਇੱਥੇ ਰਹਿ ਰਿਹਾ ਆ ਉਹਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਉਹਨੇ ਕੀ ਕੰਮ ਕਰਨਾ, ਸੋ ਸਿਕਿਉਰਿਟੀ ਦਾ ਕੰਮ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਆ। ਸੋ ਅਸੀਂ ਅੱਜ ਸਟੈਪ ਬਾਏ ਸਟੈਪ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਦਾਂ ਕਿੱਦਾਂ ਉਹਦੀਆਂ ਰਿਕੁਆਇਰਮੈਂਟਸ ਉਹਦੇ ਲਾਈਸੈਂਸ ਦੇ ਲਈ ਔਰ ਰਜਿਸਟ੍ਰੇਸ਼ਨ ਐਂਡ ਜੋਬਸ ਦੇ ਲਈ ਅਪਲਾਈ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਰਿਕੁਆਇਰਮੈਂਟਸ ਦੀ, ਦੈਨ ਕੁਛ ਖਾਸ ਨਹੀਂ ਹੈ, ਤੁਸੀਂ ਸਿਰਫ 19 ਔਰ ਓਵਰ ਹੋਣੇ ਚਾਹੀਦੇ ਹੋ, ਔਰ ਸੈਕਿੰਡ ਚੀਜ਼ ਸਾਡੇ ਕੋਲ ਕੈਨੇਡਾ ਦੇ ਵਿੱਚ ਲੀਗਲ ਸਟੇਟਸ ਹੋਣਾ ਚਾਹੀਦਾ ਆ। ਉਸ ਤੋਂ ਬਾਅਦ ਵਿੱਚ ਸਾਡੀ ਗੱਲ ਆ ਜਾਂਦੀ ਹੈ ਰਜਿਸਟ੍ਰੇਸ਼ਨ ਦੇ ਉੱਤੇ। ਸੋ ਮੈਂ ਪਰਸਨਲੀ ਰਿਕਮੈਂਡ ਕਰੂੰਗੀ ਲੀਡ ਇੰਸਟੀਟਿਊਟ 12082 ਦੇ ਉੱਤੇ ਸਰੀ ਦੇ ਵਿੱਚ, ਉਹ ਇਸ ਕਰਕੇ ਬਿਕੋਜ਼ ਉੱਥੋਂ ਦਾ ਜਿਹੜਾ ਸਟਾਫ ਆ ਉਹ ਪੰਜਾਬੀ ਆ। ਕਈ ਵਾਰੀ ਸਾਨੂੰ ਬਹੁਤ ਸਾਰੇ ਕੁਐਸਚਨਸ ਹੁੰਦੇ ਨੇ ਜੋ ਕਈ ਵਾਰੀ ਅਸੀਂ ਝਿਜਕ ਜਾਂਦੇ ਹਾਂ, ਹੈ ਨਾ, ਇੰਗਲਿਸ਼ ਪੁੱਛਣ ਦੇ ਲਈ। ਸੋ ਮੈਂ ਇਸ ਕਰਕੇ ਲੀਡ ਇੰਸਟੀਟਿਊਟ ਤੁਹਾਨੂੰ ਰਿਕਮੈਂਡ ਕਰ ਰਹੀ ਹਾਂ। ਸਟਾਫ ਪੰਜਾਬੀ ਹੋਣ ਕਰਕੇ ਇੰਨੀਆਂ ਪ੍ਰੋਬਲਮਸ ਨਹੀਂ ਹੁੰਦੀਆਂ, ਔਰ ਤੁਸੀਂ ਜੇ ਤੁਹਾਨੂੰ ਕੋਈ ਕੁਐਸਚਨ ਆ ਤੁਸੀਂ ਪੰਜਾਬੀ 'ਚ ਉਹਨਾਂ ਤੋਂ ਪੁੱਛ ਸਕਦੇ ਹੋ। ਉਸ ਤੋਂ ਬਾਅਦ ਵਿੱਚ ਉਹਨਾਂ ਦੀਆਂ 3 ਦਿਨਾਂ ਦੀਆਂ ਕਲਾਸਿਸ ਹੁੰਦੀਆਂ ਨੇ, ਨੀਅਰ ਅਬਾਊਟ 160 ਔਰ 165 ਦੇ ਵਿੱਚ ਉਹਨਾਂ ਦੀ ਫੀਸ ਹੈਗੀ ਰਜਿਸਟ੍ਰੇਸ਼ਨ ਦੀ, ਜਿਹੜੀ ਕਿ ਤੁਸੀਂ ਪਹਿਲੇ ਦਿਨ ਹੀ ਜਾ ਕੇ ਉਹਨਾਂ ਨੂੰ ਦੇਣੀ ਹੈਗੀ ਅਗਰ ਤੁਸੀਂ ਕਲਾਸਿਸ ਲੈਣਾ ਚਾਹ ਰਹੇ ਹੋਗੇ। ਉਹ 3 ਦਿਨ ਦੀਆਂ ਕਲਾਸਿਸ ਹੁੰਦੀਆਂ ਨੇ, ਉਹਦੇ ਵਿੱਚ ਤੁਹਾਨੂੰ ਕੁਐਸਚਨ ਆਨਸਰ ਦੋਵੇਂ ਦਿੱਤੇ ਜਾਂਦੇ ਨੇਗੇ, ਸੋ ਤੁਸੀਂ ਈਜ਼ੀਲੀ ਉਹਨਾਂ ਨੂੰ ਮਤਲਬ 3 ਦਿਨਾਂ ਦੇ ਅੰਦਰ ਰਿਕਵਰ ਕਰ ਸਕਦੇ ਹੋਗੇ, ਇਟਸ ਸੋ ਈਜ਼ੀ। ਉਸ ਤੋਂ ਬਾਅਦ ਵਿੱਚ ਉਹ ਤੁਹਾਨੂੰ ਇੱਕ ਲਿੰਕ ਸੈਂਡ ਕਰਦੇ ਨੇ ਜਿੱਦਾਂ ਤੁਹਾਡੀਆਂ ਕਲਾਸਿਸ ਕੰਪਲੀਟ ਹੋ ਜਾਂਦੀਆਂ ਨੇ, ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਫਾਈਨਲ ਟੈਸਟ ਹੈਗਾ ਉਹਦੇ ਲਈ ਰਜਿਸਟਰ ਕਰ ਸਕਦੇ ਹੋਗੇ। ਸੋ ਉਸ ਟੈਸਟ ਦੀ ਇੱਕ ਫੀਸ ਹੁੰਦੀ ਆ, ਉਹ ਤੁਸੀਂ ਆਪਣੇ ਵੱਲੋਂ ਔਨਲਾਈਨ ਹੀ ਭਰਨੀ ਆ ਜੋ ਤੁਸੀਂ ਟੈਸਟ ਆਪਣਾ ਬੁੱਕ ਕਰਨਾ ਆ। ਸੋ ਬੁੱਕ ਕਰਨ ਦੇ ਲਈ ਤੁਸੀਂ ਕੋਈ ਵੀ ਡੇਟ ਔਰ ਟਾਈਮ ਆਪਣੇ ਅਕੋਰਡਿੰਗਲੀ ਚੁਣ ਸਕਦੇ ਹੋ। ਉਸ ਤੋਂ ਬਾਅਦ ਵਿੱਚ ਜਦੋਂ ਤੁਹਾਡਾ ਮੇਨ ਦਿਨ ਆ ਜਾਂਦਾ ਆ ਟੈਸਟ ਦਾ, ਉਹ ਤੁਹਾਡਾ ਜਿਹੜਾ ਟੈਸਟ ਆ ਉਹ ਔਨਲਾਈਨ ਹੁੰਦਾ ਆ ਤੁਹਾਡੇ, ਮੈਂ ਰਿਕਮੈਂਡ ਕਰੂੰਗੀ ਕਿ ਫੋਨ ਦੇ ਉੱਤੇ ਤੁਸੀਂ ਟੈਸਟ ਨਾ ਦਿਓ, ਲੈਪਟੋਪ ਦੇ ਉੱਤੇ ਤੁਹਾਡਾ ਟੈਸਟ ਦਿਓ ਤੁਸੀਂ। ਉਹਦੇ ਵਿੱਚ ਤੁਹਾਡਾ ਜਿਹੜਾ ਕੈਮਰਾ ਆ ਉਹ ਤੁਹਾਨੂੰ ਮੋਨੀਟਰ ਕਰੇਗਾ। ਸੋ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਇੰਸਟਰਕਸ਼ਨਸ ਆ ਜਾਣਗੀਆਂ ਕਿ ਤੁਸੀਂ ਮਤਲਬ ਸਟੈਪ ਬਾਏ ਸਟੈਪ ਤੁਸੀਂ ਕਿੱਦਾਂ ਆਪਣਾ ਟੈਸਟ ਸਟਾਰਟ ਕਰਨਾ ਆ। ਬਹੁਤ ਸਾਰੇ ਨੇ ਇਸ ਤੋਂ ਪਹਿਲਾਂ ਬਹੁਤ ਤਰ੍ਹਾਂ ਦੇ ਟੈਸਟ ਕੀਤੇ ਵੀ ਹੋਣਗੇ, ਔਰ ਆਈ ਥਿੰਕ ਸੋ ਕਿ ਇਹ ਮਤਲਬ ਆਪਾਂ ਦੇਖਦੇ ਹਾਂ ਜਿੱਦਾਂ ਆਪਾਂ ਹਰ ਰੋਜ਼ ਲੈਪਟੋਪ ਯੂਜ਼ ਕਰਦੇ ਹਾਂ ਅਤੇ ਐਡੀ ਕੋਈ ਮੁਸ਼ਕਿਲ ਵਾਲਾ ਨਹੀਂ ਹੁੰਦਾ। ਉਹਦੇ ਉੱਤੇ ਇੰਸਟਰਕਸ਼ਨਸ ਆ ਜਾਂਦੀਆਂ ਨੇ ਜਿੱਦਾਂ ਕਿ ਆਪਣਾ ਜਿਹੜਾ ਕੈਮਰਾ ਆ ਉਹ ਰੋਟੇਟ ਕਰੋ ਬਿਕੋਜ਼ ਉਹ ਤੁਹਾਡਾ ਕਮਰਾ ਚੈੱਕ ਕਰ ਰਹੇ ਹੁੰਦੇ ਨੇਗੇ। ਦੇਰ ਇਜ਼ ਲਾਈਕ ਨੋ ਫਿਜ਼ੀਕਲੀ ਪ੍ਰੈਜੈਂਸ, ਤੋ ਇਸ ਕਰਕੇ ਕਿ ਉਹ ਜਿਹੜਾ ਤੁਹਾਡਾ ਕੈਮਰਾ ਆ ਉਹੀ ਤੁਹਾਨੂੰ ਮੋਨੀਟਰ ਕਰਦਾ ਆ। ਤੁਸੀਂ ਆਪਣਾ ਲੈਪਟੋਪ ਮਤਲਬ ਘੁਮਾਉਣਾ ਹੁੰਦਾ ਆ, ਸੋ ਤੁਹਾਡੇ ਕਮਰੇ ਦੇ ਵਿੱਚ ਕੋਈ ਵੀ ਸੈਕਿੰਡ ਪਰਸਨ ਨਹੀਂ ਹੋਣਾ ਚਾਹੀਦਾ ਤੁਹਾਡੇ ਤੋਂ ਬਿਨਾਂ, ਐਂਡ ਕੋਈ ਵੀ ਇੱਦਾਂ ਦੀ ਤੁਹਾਡੇ ਕੋਲ ਬੁੱਕਸ ਨਹੀਂ ਹੋਣੀਆਂ ਚਾਹੀਦੀਆਂ ਜਿਹਦੇ ਤੋਂ ਇਹ ਸਾਈਨ ਜਾਵੇ ਕਿ ਤੁਸੀਂ ਚੀਟਿੰਗ ਕਰਨ ਦੇ ਯੂ ਨੋ ਉਹਦੇ ਹਿਸਾਬ ਨਾਲ ਬੈਠੇ ਹੋਏ ਹੋ। ਅਤੇ ਉਸ ਤੋਂ ਬਾਅਦ ਵਿੱਚ ਮੈਂ ਰਿਕਮੈਂਡ ਕਰੂੰਗੀ ਤੁਹਾਡਾ ਜਿਹੜਾ ਕਮਰਾ ਆ ਉਹ ਖਾਲੀ ਹੋਣਾ ਚਾਹੀਦਾ ਆ। ਬਾਅਦ ਵਿੱਚ ਵੀ ਮਤਲਬ ਜਦੋਂ ਤੁਹਾਡਾ ਕੈਮਰਾ ਹੋ ਗਿਆ ਉਸ ਤੋਂ ਬਾਅਦ ਵਿੱਚ ਵੀ ਜੇ ਉਹਨੂੰ ਕੋਈ ਫਿਜ਼ੀਕਲੀ ਐਕਟੀਵਿਟੀ ਤੁਹਾਡੇ ਕਮਰੇ 'ਚ ਹੁੰਦੀ ਲੱਗਦੀ ਆ ਤਾਂ ਤੁਹਾਡਾ ਜਿਹੜਾ ਟੈਸਟ ਆ ਉਹ ਸਕਰੀਨ ਦੇ ਉੱਤੇ ਨਾਲ ਦੀ ਨਾਲ ਕੈਂਸਲ ਹੋ ਜਾਏਗਾ, ਤੁਸੀਂ ਆਪਣੇ ਜਿਹੜੇ ਨੈਕਸਟ ਕੁਐਸਚਨਸ ਨੇ ਉਹ ਨਹੀਂ ਕਰ ਪਾਓਗੇ। ਸੋ ਆਈ ਰਿਕਮੈਂਡ ਕਿ ਤੁਸੀਂ ਆਪਣਾ ਲੌਕ ਕਰਕੇ ਕਮਰਾ ਆਰਾਮ ਦੇ ਨਾਲ ਬੈਠ ਕੇ ਆਪਣਾ ਟੈਸਟ ਦਿਓ। ਟੈਸਟ ਦੇਣ ਤੋਂ ਬਾਅਦ ਜੋ ਤੁਸੀਂ ਆਪਣੇ ਸਾਰੇ ਕੁਐਸਚਨਸ ਕੰਪਲੀਟ ਕਰ ਦਿੰਦੇ ਹੋ, ਨਾਲ ਦੀ ਨਾਲ ਸਕਰੀਨ ਦੇ ਉੱਤੇ ਤੁਹਾਡਾ ਰਿਜ਼ਲਟ ਆ ਜਾਂਦਾ। ਆਪਾਂ ਨੂੰ 80% ਚਾਹੀਦੇ ਹੁੰਦੇ ਨੇ ਟੈਸਟ ਪਾਸ ਕਰਨ ਦੇ ਲਈ, ਅਤੇ ਜਿੱਦਾਂ ਹੀ ਤੁਸੀਂ ਆਪਣਾ ਟੈਸਟ ਦੇ ਕੇ ਖਤਮ ਕਰਕੇ ਓਕੇ ਪ੍ਰੈਸ ਕਰੋਗੇ ਉਹਦੇ ਉੱਤੇ ਤੁਹਾਡਾ ਰਿਜ਼ਲਟ ਆ ਜਾਏਗਾ ਸਕਰੀਨ ਦੇ ਉੱਤੇ। ਇਫ ਯੂ ਆਰ ਪਾਸ ਦੈਨ ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ ਆ, ਉਹ ਤੁਹਾਡੇ ਕੋਲ ਪੋਰਟਲ ਦੇ ਉੱਤੇ ਹਮੇਸ਼ਾ ਦੇ ਲਈ ਸੇਵ ਰਹਿੰਦਾ ਆ। ਜ਼ਰੂਰੀ ਨਹੀਂ ਕਿ ਤੁਸੀਂ ਉਸੇ ਟਾਈਮ ਦੇ ਉੱਤੇ ਉਹਨੂੰ ਪ੍ਰਿੰਟ ਕਰਨਾ ਹੈ ਜਾਂ ਸੇਵ ਕਰਨਾ, ਯੂ ਗਾਈਜ਼ ਕੈਨ ਸੇਵ ਇਟ, ਬਟ ਹਾਂ ਉਹ ਉਸ ਪੋਰਟਲ ਦੇ ਉੱਤੇ ਰਹਿੰਦਾ ਹੀ ਆ। ਤੁਹਾਡੇ ਕੋਲ ਇੱਕ ਆਈ ਡੀ ਔਰ ਪਾਸਵਰਡ ਹੁੰਦਾ ਆ, ਤੁਸੀਂ ਕਦੋਂ ਵੀ ਉਹ ਭਰ ਕੇ ਆਪਣਾ ਜਿਹੜਾ ਸਰਟੀਫਿਕੇਟ ਆ ਉਹ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਵਿੱਚ ਆ ਜਾਂਦੀ ਹੈ ਮੇਨ ਚੀਜ਼ ਲਾਈਸੈਂਸ ਦੇ ਲਈ, ਅਤੇ ਆਪਾਂ ਨੂੰ ਲਾਈਸੈਂਸ ਅਪਲਾਈ ਕਰਨ ਦੇ ਲਈ ਜਿਹੜਾ ਲਿੰਕ ਹੈਗਾ ਉਹ ਭੇਜਿਆ ਜਾਂਦਾ ਆ ਜਦੋਂ ਆਪਾਂ ਟੈਸਟ ਕਲੀਅਰ ਕਰ ਲੈਂਦੇ ਹਾਂ। ਉਸ ਤੋਂ ਬਾਅਦ ਵਿੱਚ ਆਪਣੇ ਮੇਲ ਦੇ ਉੱਤੇ ਇੱਕ ਲਿੰਕ ਆ ਜਾਂਦਾ ਆ, ਉੱਥੇ ਲਿੰਕ ਦੇ ਉੱਤੇ ਜਾ ਕੇ ਆਪਾਂ ਆਪਣਾ ਸਿਕਿਉਰਿਟੀ ਲਾਈਸੈਂਸ ਅਪਲਾਈ ਕਰ ਸਕਦੇ ਹਾਂ। ਸੋ ਉਸਦੇ ਲਈ ਮੈਂ ਰਿਕਮੈਂਡ ਕਰੂੰਗੀ ਤੁਸੀਂ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਕੋਈ ਐਕਸਟਰਾ ਫੀਸ ਪੇ ਕਰਨ ਦੀ ਜ਼ਰੂਰਤ ਨਹੀਂ ਆ।
ਬਹੁਤ ਜ਼ਿਆਦਾ ਸਿੰਪਲ ਉਹ ਜਿਹੜਾ ਫਾਰਮ ਉਹ ਹੁੰਦਾ, ਉਹਦੇ ਵਿੱਚ ਤੁਸੀਂ ਫਸਟ ਨੇਮ ਲਾਸਟ ਨੇਮ ਆਪਣੀਆਂ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਭਰਨੀਆਂ ਹੁੰਦੀਆਂ। ਸੋ ਉਹ ਟੈਸਟ ਦੀ ਮਤਲਬ ਸੋਰੀ ਉਹ ਜਿਹੜਾ ਫਾਰਮ ਹੁੰਦਾ ਆ ਉਹਦੀ ਫੀਸ ਹੁੰਦੀ ਆ ਕਿ ਤੁਸੀਂ ਜਿਹੜਾ ਸਿਕਿਉਰਿਟੀ ਲਾਇਸੈਂਸ ਆ ਉਹ ਕਿੰਨੇ ਟਾਈਮ ਦੇ ਲਈ ਚਾਹ ਰਹੇ ਹੋ। 6 ਮੰਥ ਦੀ ਫੀਸ ਉਹਨਾਂ ਦੀ $60 ਦੇ ਨੀਅਰ ਅਬਾਊਟ ਹੁੰਦੀ ਆ ਐਂਡ 1 ਸਾਲ ਦੀ $120 ਦੇ ਨੀਅਰ ਅਬਾਊਟ ਹੁੰਦੀ ਆ। ਸੋ ਆਈ ਪਰਸਨਲੀ ਰਿਕਮੈਂਡ ਕਿ ਤੁਸੀਂ 1 ਸਾਲ ਦਾ ਲੈ ਕੇ ਚੱਲੋ ਆਪਣਾ ਜਿਹੜਾ ਸਿਕਿਉਰਿਟੀ ਲਾਇਸੈਂਸ ਹੈ, ਬਿਕੋਜ਼ 6 ਮਹੀਨੇ ਦਾ ਪਤਾ ਨਹੀਂ ਚੱਲਦਾ ਕਿ ਕਦੋਂ ਲੰਘ ਜਾਂਦੇ ਨੇ ਕੰਮ ਕਰਦੇ ਜਾਂ ਕੰਮ ਲੱਭਦੇ। ਇਸ ਕਰਕੇ 1 ਸਾਲ ਦਾ, 1 ਸਾਲ ਦਾ ਮੈਂ ਤਾਂ ਕਹਿ ਰਹੀ ਹਾਂ ਬਿਕੋਜ਼ ਜ਼ਿਆਦਾ ਨਾ ਲਓ 2 ਸਾਲ ਦਾ, ਉਹਦੀ ਫੀਸ ਜ਼ਿਆਦਾ ਹੋ ਜਾਂਦੀ ਆ। 1 ਸਾਲ ਤੋਂ ਬਾਅਦ ਕਈ ਕੰਪਨੀਆਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਥੱਲੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਉਹ ਆਪਣੇ ਆਪ ਹੀ ਫੀਸ ਭਰ ਕੇ ਤੁਹਾਡਾ ਜਿਹੜਾ ਸਿਕਿਉਰਿਟੀ ਲਾਇਸੈਂਸ ਹੈ ਉਹ ਰਿਨਿਊ ਕਰਵਾ ਦਿੰਦੀਆਂ ਨੇ। ਸੋ ਮੇਕ ਸ਼ੋਰ ਕਿ ਤੁਸੀਂ 1 ਸਾਲ ਦਾ ਮਿਨੀਮਮ ਅਤੇ ਮੈਕਸੀਮਮ 1 ਸਾਲ ਦਾ ਹੀ ਲੈ ਕੇ ਚੱਲੋ। ਐਂਡ ਉਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਉਹ ਫੋਰਮ ਭਰ ਦਿੰਦੇ ਹੋ ਉਹਦੀ ਫੀਸ ਇਹੀ ਹੁੰਦੀ ਹੈ, ਉਸ ਤੋਂ ਐਕਸਟਰਾ ਉਹਦੀ ਕੋਈ ਫੀਸ ਨਹੀਂ ਲੱਗਦੀ। ਉਸ ਤੋਂ ਬਾਅਦ ਵਿੱਚ ਤੁਹਾਨੂੰ ਇੱਕ ਟੈਂਪਰੇਰੀ ਲਾਇਸੈਂਸ ਤੁਹਾਨੂੰ ਮਿਲ ਜਾਂਦਾ ਹੈ ਤੁਹਾਡੀ ਈਮੇਲ ਦੇ ਉੱਤੇ, ਉਹਦੇ ਉੱਤੇ ਲਿਖਿਆ ਆਉਂਦਾ ਹੈ ਕਿ ਇਹ ਟੈਂਪਰੇਰੀ ਲਾਇਸੈਂਸ ਹੈ। ਬਿਕੋਜ਼ ਜਿਹੜਾ ਫਿਜ਼ੀਕਲੀ ਲਾਇਸੈਂਸ ਹੈਗਾ ਉਹ ਤੁਹਾਡੇ ਕੋਲ 3 to 4 weeks ਦੇ ਅੰਦਰ ਮਤਲਬ ਅੰਦਰ ਆ ਜਾਂਦਾ ਆ। ਸੋ ਤੁਸੀਂ ਪਰ ਜੋਬ ਅਪਲਾਈ ਕਰ ਸਕਦੇ ਹੋ, ਜਿੱਦਾਂ ਹੀ ਤੁਹਾਡੇ ਕੋਲ ਇੱਕ ਟੈਂਪਰੇਰੀ ਲਾਇਸੈਂਸ ਆ ਜਾਂਦਾ ਤੁਸੀਂ ਆਪਣੀ ਜੋਬ ਸਟਾਰਟ ਕਰ ਸਕਦੇ ਹੋ। ਉਸ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਜੋਬਸ ਆ ਉਹ ਨਾਲ ਦੀ ਨਾਲ ਲੱਭਣ ਲੱਗ ਜਾਓ। ਜਿੱਦਾਂ ਹੀ ਤੁਸੀਂ ਲਾਇਸੈਂਸ ਅਪਲਾਈ ਕਰਤਾ, ਬਹੁਤ ਸਾਰੀਆਂ ਜੋਬਸ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਇੰਡੀਡ ਦੇ ਉੱਤੇ ਪਈਆਂ ਹੁੰਦੀਆਂ ਨੇ, ਫੇਸਬੁੱਕ ਦੇ ਉੱਤੇ ਵੀ ਪਈਆਂ ਨੇ, ਜਾਂ ਤੁਸੀਂ ਗੂਗਲ ਕਰ ਸਕਦੇ ਹੋਗੇ ਆਪਣੇ ਆ। ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਜਿਹੜੀਆਂ BC ਦੇ ਵਿੱਚ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਲਈ ਬਹੁਤ ਸਾਰੀਆਂ ਕੰਪਨੀਜ਼ ਨੇ, ਲਾਈਕ ਪੈਰਾਡਿਨ ਹੋ ਗਈ, ਗਾਡਾ ਵਰਡ ਹੋ ਗਈ, ਬਲੈਕ ਵਰਡ ਹੋ ਗਈ, ਆਈ ਡੋਂਟ ਨੋ ਮੱਚ ਆਫ ਦੋਜ਼ ਕੰਪਨੀਜ਼ ਨੇਮ, ਬਟ ਮੇਰੇ ਕੋਲ ਲਿਖੇ ਪਏ ਨੇ। ਸੋ ਉਸ ਤੋਂ ਬਾਅਦ ਵਿੱਚ ਜਿੱਦਾਂ ਹੀ ਤੁਸੀਂ ਜੋਬ ਲੱਭ ਚੁੱਕੇ ਹੋ ਆਪਣੀ, ਜੇ ਤੁਸੀਂ ਇੰਡੀਡ ਦੇ ਉੱਤੇ ਵੀ ਅਪਲਾਈ ਕਰਤਾ ਦੈਟ ਇਜ਼ ਗੁੱਡ, ਤੁਸੀਂ ਨਾਲ ਦੀ ਨਾਲ ਆਪਣੀਆਂ ਇੰਟਰਵਿਊ ਦੇ ਕੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਹਾਇਰ ਜੇ ਉਹ ਕਰ ਲੈਂਦੇ ਨੇ, ਤੁਸੀਂ ਟੈਂਪਰੇਰੀ ਲਾਇਸੈਂਸ ਦੇ ਉੱਤੇ 1 ਵਾਰ ਕੰਮ ਕਰ ਸਕਦੇ ਹੋ, ਫਿਰ ਤੁਹਾਡਾ ਫਿਜ਼ੀਕਲ ਲਾਇਸੈਂਸ 3 to 4 weeks ਦੇ ਵਿੱਚ ਆ ਜਾਏਗਾ, ਵਿਚ ਇਜ਼ ਨੋਟ ਅ ਬਿਗ ਡੀਲ। ਅਤੇ ਅਗਰ ਤੁਹਾਨੂੰ ਮਤਲਬ ਇੰਡੀਡ ਦੇ ਉੱਤੇ ਜਾਂ ਕਿਤੇ ਵੀ ਜੋਬਸ ਨਹੀਂ ਮਿਲ ਰਹੀਆਂ, ਤੁਸੀਂ ਸਾਨੂੰ ਨੀਚੇ ਦਿੱਤੀ ਹੋਈ ਡਿਸਕ੍ਰਿਪਸ਼ਨ ਦੇ ਵਿੱਚ ਸਾਨੂੰ ਮੈਸੇਜ ਕਰ ਸਕਦੇ ਹੋ। ਸੋ ਅਸੀਂ ਹੈਲਪ ਕਰਾਂਗੇ ਕਿ ਅਸੀਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦੇ ਸਕੀਏ। ਸੋ ਲਾਸਟਲੀ ਆਪਾਂ ਗੱਲ ਕਰਦੇ ਹਾਂ ਫੀਸ ਦੀ। ਇਹ ਰਜਿਸਟ੍ਰੇਸ਼ਨ ਤੋਂ ਲੈ ਕੇ ਲਾਇਸੈਂਸ ਤੱਕ ਜਿਹੜੀ ਆਪਣੀ ਪੂਰਾ ਖਰਚਾ ਆਏਗਾ ਉਹ ਸਿਰਫ $400 ਹੋਏਗਾ, ਜਿਹੜਾ ਕਿ ਵਰਥ ਆ, ਕਿਉਂਕਿ ਜਦੋਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਹੌਲੀ ਹੌਲੀ ਰਿਲਾਈਜ਼ ਹੋਏਗਾ ਕਿ ਤੁਸੀਂ ਬਹੁਤ ਸੋਹਣੀ ਮਨੀ ਬਣਾ ਰਹੇ ਹੋ ਇਹਦੇ ਵਿੱਚੋਂ। ਤੁਹਾਨੂੰ ਓਵਰ ਟਾਈਮ ਵੀ ਪੇ ਕੀਤਾ ਜਾਂਦਾ ਆ, ਵਿਚ ਇਜ਼ ਗੁੱਡ ਐਜ਼ ਵੈਲ। ਅਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਤੁਸੀਂ ਜੋਬਸ ਲੱਭਣੀਆਂ ਨੇ, ਤੁਸੀਂ ਇੰਡੀਡ 'ਤੇ ਜਾ ਕੇ ਲੱਭ ਸਕਦੇ ਹੋਗੇ। ਅਗਰ ਤੁਹਾਨੂੰ ਇਸ ਵੀਡੀਓ ਦੇ ਰਿਲੇਟਡ ਕੋਈ ਵੀ ਕੁਐਸਚਨ ਆਇਆ, ਤੁਸੀਂ ਰਜਿਸਟ੍ਰੇਸ਼ਨ ਕਰਨੀ ਆ ਜਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਫੋਰਮ ਦੇ ਵਿੱਚ ਕੀ ਭਰਨਾ, ਤੁਸੀਂ ਐਨੀ ਟਾਈਮ ਸਾਨੂੰ ਇਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ। ਇਫ ਯੂ ਵਾਂਟ ਤੁਸੀਂ ਸਾਨੂੰ ਡਾਇਰੈਕਟਲੀ DM ਕਰ ਸਕਦੇ ਹੋਗੇ ਮੇਰੇ ਇੰਸਟਾਗ੍ਰਾਮ ਦੇ ਉੱਤੇ, ਵਿਚ ਇਜ਼ ਇੰਦਰ _7 ਟਲੋਂ। ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਨਸ਼ਨ ਕਰਾਂਗੀ, ਤੁਸੀਂ ਉੱਥੇ ਜਾ ਕੇ ਮੈਨੂੰ ਕਦੋਂ ਵੀ DM ਕਰ ਸਕਦੇ ਹੋ। ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਤੁਹਾਡੀ ਨਾਲ ਦੀ ਨਾਲ ਹੈਲਪ ਕਰ ਸਕਾਂ। ਸੋ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ, ਬਿਕਾਜ਼ ਹੋ ਸਕਦਾ ਆ ਤੁਹਾਨੂੰ ਜ਼ਰੂਰਤ ਨਾ ਹੋਵੇ ਇਸ ਟਾਈਮ ਦੇ ਉੱਤੇ, ਬਟ ਜਿਹੜੇ ਆਪਣੇ ਨਿੱਕੇ ਭੈਣ ਭਰਾ ਅੱਗੇ ਆ ਰਹੇ ਨੇ ਹੈ ਨਾ ਇੰਡੀਆ ਤੋਂ, ਹੋ ਸਕਦਾ ਇਹ ਵੀਡੀਓ ਉਹਨਾਂ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋ ਜਾਵੇ। ਐਂਡ ਮੇ ਬੀ ਹੁਣ ਵੀ ਇਸ ਟਾਈਮ ਦੇ ਉੱਤੇ ਵੀ ਬਹੁਤ ਸਾਰੇ ਇੱਦਾਂ ਦੇ ਲੋੜਵੰਦ ਬੱਚੇ ਨੇ ਜਿਨ੍ਹਾਂ ਨੂੰ ਸ਼ਾਇਦ ਕੰਮ ਨਹੀਂ ਮਿਲਿਆ, ਜਾਂ ਜਿਹੜੇ ਬਹੁਤ ਜ਼ਿਆਦਾ ਘੱਟ ਪੇ ਦੇ ਉੱਤੇ ਕੰਮ ਕਰ ਰਹੇ ਨੇ। ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਆ, ਆਪਾਂ ਨੂੰ ਇੱਥੇ ਰਹਿੰਦੇ ਨੂੰ ਸਭ ਨੂੰ ਪਤਾ ਆ ਕਿ ਬਹੁਤ ਸਾਰੇ ਬੱਚੇ ਕਿੱਦਾਂ ਹਾਲਾਤਾਂ ਦੇ ਵਿੱਚੋਂ ਲੰਘਦੇ ਨੇ। ਸੋ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਉਹਨਾਂ ਦੀ ਹੈਲਪ ਕਰ ਦੇਵੇ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਗਰ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੁਛ ਨਹੀਂ ਪਸੰਦ ਆਇਆ, ਇਟ ਹੈਲਪਸ ਮੀ ਟੂ ਡੂ ਬੈਟਰ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ। ਆਪਣੀ ਛੋਟੀ ਭੈਣ ਸਮਝ ਕੇ ਅਗਰ ਮੈਂ ਕੁਛ ਗਲਤ ਬੋਲ ਵੀ ਗਈ ਹਾਂ ਤਾਂ ਪਲੀਜ਼ ਆਈ ਐਮ ਸੋ ਸੋਰੀ। ਅਤੇ ਉਸ ਤੋਂ ਬਾਅਦ ਵਿੱਚ ਮੇਰੇ ਪਲੀਜ਼ ਨੀਚੇ ਦਿੱਤੇ ਹੋਏ ਲਿੰਕ ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰਿਓ ਮੇਰੇ ਯੂਟਿਊਬ ਚੈਨਲ ਨੂੰ। ਐਂਡ ਆਈ ਐਕਸਪੈਕਟਿੰਗ ਕਿ ਤੁਸੀਂ ਬਹੁਤ ਜ਼ਿਆਦਾ ਲਾਈਕ ਅਤੇ ਪਿਆਰ ਦਿਓਗੇ। ਫਿਰ ਤੋਂ ਕਿਸਾਨੀ ਮੋਰਚੇ ਜਿੱਤਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ, ਇੱਕ ਬਹੁਤ ਵੱਡੀ ਜਿੱਤ ਹੋਈ ਆ ਆਪਣੀ। ਐਂਡ BC ਦੇ ਵਿੱਚ ਤਾਂ ਆਪਾਂ ਕਿੰਨੇ ਸਾਰੇ ਪ੍ਰੋਟੈਸਟ ਵੀ ਕੀਤੇ ਸੀਗੇ ਹੈ ਨਾ, ਮੈਂ ਖੁਦ ਜਾਂਦੀ ਰਹੀ ਹਾਂ। ਸੋ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਕਿ ਅੱਜ 1 ਸਾਲ, ਅੱਜ ਨਹੀਂ ਥੋੜ੍ਹੇ ਦਿਨ ਪਹਿਲਾਂ, 1 ਸਾਲ ਤੋਂ ਬਾਅਦ ਆਪਣੇ ਜਿਹੜੇ 3 ਖੇਤੀ ਕਾਨੂੰਨ ਬਿੱਲ ਸੀਗੇ ਉਹ ਰੱਦ ਹੋ ਚੁੱਕੇ ਨੇ। ਸੋ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।